ਫਲੋਰ ਦੇ ਤਲਵਨ ਰੋਡ ਤੇ ਇੱਕ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਿੱਜਰ ਵਿਜਲ ਕੇਅਰ ਦੇ ਮਾਲਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਘਰੋਂ ਆਪਣੀ ਦੁਕਾਨ ਤੇ ਆਇਆ ਤੇ ਥੱਲੇ ਆ ਕੇ ਦਫ਼ਤਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਬੈਠਾ ਹੀ ਸੀ। ਇੰਨੇ ਕੁ ਇੱਕ ਚੋਰ ਉਹਨਾਂ ਦੀ ਦੁਕਾਨ ਵਿੱਚ ਦਾਖਲ ਹੋਇਆ ਤਾਂ ਉਹਨਾਂ ਦਾ ਮੋਟਰਸਾਈਕਲ ਚੋਰੀ ਕਰ ਫਰਾਰ ਹੋ ਗਿਆ। ਇਹ ਸਾਰੀ ਘਟਨਾ ਉਹਨਾਂ ਦੀ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਚੋਰ ਨੂੰ ਜਲਦ ਤੋਂ ਜਲਦ ਫੜ ਲਿਆ ਜਾਵੇ ਅਤੇ ਉਹਨਾਂ ਦਾ ਮੋਟਰਸਾਈਕਲ ਉਹਨਾਂ ਨੂੰ ਦੇ ਦਿੱਤਾ ਜਾਵੇ। ਫਲੋਰ ਤੋਂ ਅਮਰਜੀਤ ਸਿੰਘ ਮੋਨੂ ਦੀ ਖਾਸ ਰਿਪੋਰਟ। ਅੱਜ ਮੈਂ ਬਲਿਹਾਰ ਸਿੰਘ ਨਿੱਜਰ ਹਾਂ, ਮੇਰੀ ਸ਼ੋਪ ਹੈ ਨਿੱਜਰ ਵੀਲ ਕੇਅਰ। ਮੇਰੀ ਦੁਕਾਨ ਦੇ ਮੂਹਰੇ ਮੋਟਰਸਾਈਕਲ ਸਪਲੈਂਡਰ ਬਲੈਕ ਰੰਗ ਦਾ, ਉਹਦਾ ਨੰਬਰ ਹੈਗਾ PV37F5195। ਅੱਜ ਸਵੇਰੇ 10:45 'ਤੇ ਦੁਕਾਨ ਦੇ ਮੂਹਰੋਂ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਚੱਕ ਕੇ। ਉਹਦੀ CCTV ਕੈਮਰੇ ਫੋਟੋ ਵੀਡੀਓ ਵੀ ਆ ਗਈ ਆ। ਉਹ 112 'ਤੇ ਕੰਪਲੇਂਟ ਵੀ ਪਾਤੀ, ਪੁਲਿਸ ਨੂੰ ਵੀ ਉੱਥੇ FIR ਕਰਵਾ ਦਿੱਤੀ। ਬੰਦੇ ਦੀ ਉਹਦੀ ਥੋੜ੍ਹੀ ਜਿਹੀ ਪਛਾਣ ਹੋ ਰਹੀ ਆ। ਇੱਕੋ ਹੀ ਬੰਦਾ ਸੀਗਾ, ਉਹਨੇ ਟੋਪੀ ਲਈ ਹੋਈ ਸੀਗੀ। ਕੀ ਮੰਗ ਕੀ ਕਰ ਰਿਹਾ? ਕੁਛ ਵੀ ਨਹੀਂ, ਮੋਟਰਸਾਈਕਲ ਚੱਕ ਕੇ ਚਲ ਗਿਆ, ਉਹ ਕੁਛ ਪਤਾ ਨਹੀਂ। ਪ੍ਰਸ਼ਾਸਨ ਤਾਂ ਮੰਗ ਕੀ ਕਰ ਰਿਹਾ? ਸਾਡਾ ਮੋਟਰਸਾਈਕਲ ਲੱਭਿਆ ਜਾਵੇ ਛੇਤੀ ਤੋਂ ਛੇਤੀ। ਕੰਪਲੇਂਟ ਕਰਤੀ ਹੈ? ਹਾਂਜੀ, ਕੰਪਲੇਂਟ ਲਿਖਾ ਦਿੱਤੀ। ਕੱਲ ਨੂੰ ਕੋਈ ਹੋਰ ਹੈਪਨ ਕਰ ਦਿੱਤਾ ਤੇ ਇਸ ਕਰਕੇ ਸਾਡੇ ਤੇ ਨਾ ਕੋਈ ਬਲੇਮ ਆ ਜਾਵੇ। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।